ਅੱਜ ਦਾ ਮਹਾਨ ਦਿਨ ਕੌਮ ਦੇ ਉਸ ਸਕੂਲ ਦੀ ਯਾਦ ਵਿੱਚ ਅਸੀਂ ਸਤਿਗੁਰਾਂ ਦੇ ਚਰਨਾਂ 'ਚ ਬੈਠ ਕੇ ਅਰਜੋਈ ਬੇਨਤੀ ਕਰ ਰਹੇ ਹਾਂ, ਜਿਹਨਾਂ ਨੇ ਦੇਸ਼ ਕੌਮ ਲਈ ਅੰਖ ਦਾ ਪ੍ਰਤੀਕ ਬਣ ਕੇ ਆਪਣੇ ਜੀਵਨ ਦੀ ਉਨਤੀ ਸ਼ਹੀਦ ਸਰਦਾਰ ਊਧਮ ਸਿੰਘ ਜੀ ਇਸੇ ਆਸ਼ਰਮ ਦੇ ਵੇਹ ਵਿੱਚੋਂ ਪੜ੍ਹੇ ਔਰ ਸੱਤ ਤੋਂ ਲੈ ਕੇ 19 ਤੱਕ ਇੱਥੇ ਉਹਨਾਂ ਨੇ ਆਪਣੇ ਜੀਵਨ ਦੀਆਂ ਉਹ ਘੜੀਆਂ ਉਹ ਪਲ ਬਿਤਾਏ। ਮੈਨੂੰ ਖੁਸ਼ੀ ਹੈ ਕਿ ਸਾਡੇ ਵਿੱਚ ਉਹ ਵਿਦਵਾਨ ਸੱਜਣ ਹਨ ਜਿਨ੍ਹਾਂ ਨੇ ਸ਼ਹੀਦ ਊਧਮ ਸਿੰਘ ਜੀ 'ਤੇ ਪਹਿਲੀ ਪੁਸਤਕ ਮਿਹਨਤ ਕਰਕੇ ਲਿਖੀ ਉਸ ਸਮੇਂ ਜਦੋਂ ਸਾਨੂੰ ਇਹਨਾਂ ਬਾਰੇ ਕੋਈ ਬਹੁਤਾ ਚਾਨਣ ਨਹੀਂ ਸੀ। ਡਾਕਟਰ ਸ਼ੁਭਾ ਸਿੰਘ ਜੀ ਪ੍ਰੋਫੈਸਰ ਖਾਲਸਾ ਕਾਲਜ ਉਹ ਸਾਡੇ ਵਿੱਚ ਹਨ, ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਅੱਜ ਇਸ ਮੌਕੇ 'ਤੇ ਤੁਸੀਂ ਆਪਣੇ ਵਿਚਾਰ ਰੱਖੋ। ਸਰਦਾਰ ਮਨਜੀਤ ਸਿੰਘ ਜੀ ਤਰਨ ਤਾਰਨ ਤੋਂ, ਪ੍ਰਿੰਸੀਪਲ ਵਰਿਆਮ ਸਿੰਘ ਜੀ, ਸਰਦਾਰ ਅਕਾਲ ਸਿੰਘ ਰੀਜਨਲ ਸਕੱਤਰ, ਅੰਬੋਜ ਮਹਾਂਸਭਾ ਦੇ ਪ੍ਰਧਾਨ ਕੋਰ ਸਾਹਿਬ, ਉਹਨਾਂ ਦੇ ਨਾਲ ਆਏ ਹੋਏ ਹੋਰ ਸਾਥੀ, ਬਹੁਤ ਬਹੁਤ ਧੰਨਵਾਦ। ਸਾਡੀ ਬੇਨਤੀ ਪ੍ਰਵਾਨ ਕਰਕੇ ਤੁਸੀਂ ਆਏ ਜੇ ਆਸ਼ਰਮ ਲਈ ਅੱਗੇ ਵੀ ਮਾਇਆ ਬਹੁਤ ਭੇਟ ਕਰਦੇ ਰਹੇ ਹਨ। ਤੋ ਮੈਂ ਬੇਨਤੀ ਕਰੂੰਗਾ ਡਾਕਟਰ ਸ਼ੁਭਾ ਸਿੰਘ ਜੀ ਨੂੰ ਕਿ ਉਹ ਅੱਜ ਦੇ ਇਸ ਮੌਕੇ 'ਤੇ ਬੱਚਿਆਂ ਨੂੰ ਸੰਬੋਧਨ ਹੋਣ ਔਰ ਉਸ ਮਹਾਨ ਸ਼ਹੀਦ ਨੂੰ ਉਹਨਾਂ ਦੇ ਜੀਵਨ ਗਾਥਾ ਨੂੰ ਸਾਡੇ ਸਾਹਮਣੇ ਰੱਖਣ। ਡਾਕਟਰ ਸ਼ੁਭਾ ਸਿੰਘ ਸਜੇ ਹੋਏ ਪਰਮਾਤਮਾ ਸਰਗੋਂ ਅਤੇ ਭਾਈ ਵੀਰ ਸਿੰਘ ਗੁਰੂ ਪੰਜਾਬ ਦੇ ਬੇਨਾਤੀ ਸਟਾਫ ਅਤੇ ਬੱਚਿਓ ਰਾਜੀ ਫਤਿਹ ਦਾ ਜਵਾਬ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ। ਅੱਜ ਜਿਸ ਤਰ੍ਹਾਂ ਪ੍ਰੋਫੈਸਰ ਹਰੀ ਸਿੰਘ ਉਹਨਾਂ ਨੇ ਦੱਸਿਆ ਕਿ ਉਸ ਮਹਾਨ ਸਕੂਲ ਨੂੰ ਅਸੀਂ ਯਾਦ ਕਰ ਰਹੇ ਹਾਂ ਜਿਸ ਨੇ ਇਸ ਆਸ਼ਰਮ ਦੇ ਵਿੱਚ ਰਹਿ ਕੇ ਇੱਥੇ ਬਹੁਤ ਕੁਝ ਉਸਨੇ ਸਿੱਖਿਆ ਔਰ ਇੱਥੋਂ ਹੀ ਆਪਣੀ ਪੜ੍ਹਾਈ ਸ਼ੁਰੂ ਕਰਕੇ ਇਹ ਖਾਲਸਾ ਕਾਲਜ ਜਿਹੜਾ ਖਾਲਸਾ ਹਰ ਸਿੰਘ ਸਕੂਲ ਅੱਜ ਕੱਲ੍ਹ ਹੈ ਉਸ ਤੋਂ ਮੈਟ੍ਰਿਕ ਉਹਨਾਂ ਨੇ ਪਾਸ ਕਰ ਲਈ ਸੀ। ਜਦੋਂ ਊਧਮ ਸਿੰਘ ਨੂੰ ਇੱਥੇ ਜਿਮਖਾਨੇ ਦੇ ਵਿੱਚ ਦਾਖਲ ਕਰਾਇਆ ਗਿਆ ਉਹ ਦਾਖਲ ਕਾਲਜ ਜਿਸ ਦੇ ਉੱਤੇ ਵੀ ਉਹਨਾਂ ਦਾ ਨਾਂ ਹੈ ਜਿਹੜਾ ਕਿ ਉਸ ਪੁਸਤਕ ਵਿੱਚ ਮੈਂ ਜ਼ਿਕਰ ਕੀਤਾ ਹੋਇਆ ਅਮਰ ਸ਼ਹੀਦ ਊਧਮ ਸਿੰਘ ਐਸਾ ਇੱਕ ਅਨੋਖਾ ਸ਼ਹੀਦ ਹੈ ਕਿ ਜਿਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ਮਿਸਾਲ ਦੇ ਤੌਰ 'ਤੇ ਆਮ ਤੌਰ ਦੇ ਉੱਤੇ ਜੇ ਕਿਤੇ ਕਿਸੇ ਦੇ ਮਾਤਾ ਪਿਤਾ ਚੜ੍ਹਾਈ ਕਰ ਜਾਣ ਤਾਂ ਫਿਕਰ ਲੱਗ ਜਾਂਦਾ ਹੈ ਕਿ ਬੱਚਿਆਂ ਦੀ ਪਰਵਰਿਸ਼ ਕਿੱਦਾਂ ਹੋਏਗੀ। ਜੇਕਰ ਅਕਾਲਪੁਰ ਬੜਾ ਜਾਂਦਾ ਹੈ ਉਹ ਕੋਈ ਨਾ ਕੋਈ ਉਹਨਾਂ ਦਾ ਸਾਧਨ ਬਣਾ ਦਿੰਦਾ। ਊਧਮ ਸਿੰਘ ਦੇ ਪਿਤਾ ਜਿਹੜੇ ਨੇ ਉਹ 5 ਸਾਲ ਦੀ ਉਮਰ ਦੇ ਵਿੱਚ ਜਦੋਂ ਇਹ ਸਾਨੂੰ ਚੜ੍ਹਾਈ ਕਰ ਗਿਆ ਅਜੇ 3 ਸਾਲ ਦੇ ਅਸੀਂ ਪਹਿਲਾਂ ਮਾਤਾ ਚੜ੍ਹਾਈ ਕਰ ਗਈ ਕਿੱਦਾਂ ਬਿਮਾਰ ਹੋ ਗਿਆ ਜ਼ਿਆਦਾ ਇੱਥੇ ਅੰਮ੍ਰਿਤਸਰ ਇਲਾਜ ਵਾਸਤੇ ਆਏ ਇੱਥੇ ਹੀ ਕਿਵੇਂ ਉਹਨਾਂ ਦਾ ਵੀ ਉਹ ਵੀ ਚੜ੍ਹਾਈ ਕਰ ਗਿਆ। ਉਹਨਾਂ ਦੇ ਕਿਸੇ ਮਿੱਤਰ ਪਿਆਰੇ ਨੇ ਊਧਮ ਸਿੰਘ ਨੂੰ ਅਤੇ ਉਸਦੇ ਭਰਾ ਸੰਤ ਸਿੰਘ ਨੂੰ ਇਸ ਜਿਮਖਾਨੇ ਦੇ ਵਿੱਚ ਦਾਖਲ ਕਰਵਾਇਆ ਕਿ ਬੱਚੇ ਚਲੋ ਇੱਥੇ ਪੜ੍ਹ ਜਾਣ ਔਰ ਗੁਰੂ ਦੀ ਐਸੀ ਪਾਰ ਬਖਸ਼ਿਸ਼ ਹੋਈ ਕਿ ਇੱਥੋਂ ਦਾ ਜਿਹੜਾ ਡਿਸਪਲਿਨ ਸੀ ਉਸ ਡਿਸਪਲਿਨ ਦੇ ਵਿੱਚ ਰਹਿੰਦੇ ਹੋਏ ਊਧਮ ਸਿੰਘ ਜਿਹੜਾ ਹੈ
ਉਸ ਦੇ ਆਪਣੀ ਪੜ੍ਹਾਈ ਦੇ ਨਾਲ ਨਾਲ ਜਿਹੜਾ ਦੁਬਾਰਾ ਤਨਖਾਣਾ ਪੇਂਟਿੰਗ ਆ ਜਿਹੜੀਆਂ ਆ ਕੁਰਸੀਆਂ ਬੁਣਨਾ ਹੋਰ ਇਹੋ ਜਿਹਾ ਸਾਰਾ ਕੰਮ ਜਿਹੜਾ ਸੀ ਉਹਨਾਂ ਨੇ ਹੱਥ ਦਾ ਬਹੁਤ ਸਿੱਖਿਆ। ਔਰ ਸਮਾਂ ਐਸਾ ਆਇਆ ਫਿਰ ਸਭ ਤੋਂ ਵੱਡੀ ਗੱਲ ਇਹ ਕਿ ਇੱਥੇ ਗੁਰਬਾਣੀ ਦੀ ਲਾਜ ਕਿਹੜੀ ਲੱਗਦੀ ਆ, ਇੱਥੇ ਸਵੇਰੇ ਤੇ ਸ਼ਾਮ ਨੂੰ ਜਿਸਲੇ ਬੱਚੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇਕੱਠੇ ਹੁੰਦੇ ਨੇ ਉਹ ਫਿਰ ਗੁਰਬਾਣੀ ਦਾ ਅਸਰ ਜਿਹੜਾ ਉਹਨਾਂ ਦੇ ਮਨ ਦੇ ਉੱਤੇ ਉਹਨਾਂ ਦੇ ਹਿਰਦੇ ਦੇ ਉੱਤੇ ਪੈਂਦਾ। ਜਿਸ ਤਰ੍ਹਾਂ ਮਹਾਰਾਜ ਦਾ ਫਰਮਾਨ ਹੈ ਕਿ ਭੈ ਕਾ ਹੁਕਮ ਜਿਵੇਂ ਮੈਂ ਭੈ ਮਾਨ ਪਿਆ ਜੇ ਜੀਵੈ ਬਸ ਲੱਭੀ ਜਾਏ ਸਭ ਰਾਮ ਜਿੰਦਾ ਵਿਸ਼ਾ ਇਹੋ ਜਿਹੀ ਜਿਹੜੀ ਆ ਧਾਰਨਾ ਸਮਝ ਕੇ ਊਧਮ ਸਿੰਘ ਦੇ ਵਿੱਚ ਬਾਲ ਰੇਸ ਦੇ ਵਿੱਚ ਆਪਣੀ ਮਹਿਕਮੇ ਤੱਕ ਦੀ ਪੜ੍ਹਾਈ ਕਰਦਿਆਂ ਕਰਦਿਆਂ ਪੰਜਾਂ ਬਾਣੀਆਂ ਦਾ ਪੱਖ ਨਿਰਨੇਮ ਜਿਹੜਾ ਉਹ ਯਾਦ ਸੀ ਵੱਧ ਆ ਗਿਆ। ਰੋਡ ਐਕਟ ਪਾਸ ਹੋ ਗਿਆ ਹਿੰਦੁਸਤਾਨ ਦੇ ਵਿੱਚ ਉਸ ਰੋਡ ਐਕਟ ਜਿਹੜਾ ਹੈ ਉਹਦਾ ਬਾਰੇ ਇਹ ਸੀ ਕਿ ਕਿਸੇ ਨੂੰ ਬਿਨਾਂ ਦੱਸਿਆ ਬਿਨਾਂ ਕਿਸੇ ਵਕੀਲ ਦੇ ਬਿਨਾਂ ਕਿਸੇ ਦਲੀਲ ਦੇ ਕਿਸੇ ਨੂੰ ਵੀ ਜਿੱਥੋਂ ਮਰਜ਼ੀ ਅਰੈਸਟ ਕੀਤਾ ਜਾ ਸਕਦਾ ਸੀ। ਇਸ ਗੱਲ ਦੇ ਨਾਲ ਬਹੁਤ ਸਾਰੇ ਹਿੰਦੁਸਤਾਨ ਦੇ ਵਿੱਚ ਔਰ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਇਹ ਬੜੀ ਇੰਜੈਂਟਮੈਂਟ ਸੀ, ਬੜਾ ਸੰਕੋਚ ਸੀ। ਲੋਕ ਜਿਹੜੇ ਨੇ ਉਹਨਾਂ ਨੇ ਮੁਜ਼ਾਹਰੇ ਕਰਨੇ ਸ਼ੁਰੂ ਕੀਤੇ, ਰੋਸ ਪ੍ਰਗਟ ਕਰਨੇ ਸ਼ੁਰੂ ਕੀਤੇ, ਇੱਥੋਂ ਤੱਕ ਕਿ ਸ਼ਹਿਰ ਦੇ ਜਿਹੜੇ ਕੋਈ ਪ੍ਰਮੁੱਖ ਦੇ ਲੋਕ ਸਨ ਡਾਕਟਰ ਸਾਹਿਬ ਕੀ ਜੋ ਤੁਸੀਂ ਪੰਡਿਤ ਖੁਦੂ ਗੁਰਕੁਮਾਰ ਸੀ ਇਹਨਾਂ ਸਾਰਿਆਂ ਨੂੰ ਜਿਹੜਾ ਇੱਥੋਂ ਦਾ ਡੀ ਸੀ ਸੀ ਉਸ ਨੇ ਇਹਨਾਂ ਨੂੰ ਅਗਵਾ ਕਰ ਲਿਆ ਔਰ ਉਹਨਾਂ ਨੂੰ ਕਿਸੇ ਹੋਰ ਥਾਂ 'ਤੇ ਲੈ ਗਿਆ। ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਸ਼ਹਿਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਔਰ ਉਸ ਐਲਾਨ ਦੇ ਵਿੱਚ ਵੀ ਜਿਹੜਾ ਆਪਣਾ ਉੱਚਾ ਪੁਲ ਹੈ ਸਾਡੇ ਜਿਹਨੂੰ ਭੰਡਾਰੀ ਪੁਲ ਕਹਿੰਦੇ ਨੇ ਹਾਲ ਪਿਆਰ ਵੱਲੋਂ ਆਉਂਦਿਆਂ ਉਹਨਾਂ ਨੇ ਬਹੁਤ ਨਜ਼ਾਰਾ ਕਰਨਾ ਵੱਡਾ ਕਰ ਲੈ ਕੇ ਆਏ ਅਤੇ ਡੀ ਸੀ ਨੂੰ ਕੋਠੀ ਦਾ ਘਿਰਾਓ ਕਰਨਾ ਸੀ ਉੱਥੇ ਫੌਜ ਅਤੇ ਪੁਲਿਸ ਨੇ ਉਹਨਾਂ ਦੇ ਉੱਤੇ ਸ਼ਹੀਦ ਹੋ ਗਿਆ ਔਰ ਜ਼ਖਮੀ ਹੋ ਗਿਆ ਔਰ ਇਸ ਤਰੀਕੇ ਨਾਲ ਕਰਦਿਆਂ ਭੀੜ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਗੁੱਸੇ ਵਿੱਚ ਆ ਗਏ ਉਹ ਪੰਜ ਛੇ ਜਿਹੜੇ ਅੰਗਰੇਜ਼ ਸਨ ਉਹਨਾਂ ਨੂੰ ਕਤਲ ਕਰ ਦਿੱਤਾ ਅਤੇ ਸ਼ੇਰ ਗੋਲ ਸੀ ਉਸ ਔਰਤ ਨੂੰ ਵੀ ਉਹਨਾਂ ਨੇ ਕਤਲ ਕਰ ਦਿੱਤਾ। ਨਤੀਜਾ ਉਹਦਾ ਇਹ ਨਿਕਲਿਆ ਕਿ ਅੰਗਰੇਜ਼ ਹਕੂਮਤ ਜਿਹੜੀ ਸੀ ਉਹਦੇ ਮਨ ਦੇ ਉੱਤੇ ਇੱਕ ਭੰਬੜ ਬਣ ਗਿਆ ਜਾ ਕੇ ਇਹਨਾਂ ਨੂੰ ਉਹ ਸਬਜ਼ ਕਰਕੇ ਇਹਨਾਂ ਯਾਦ ਰੱਖਣ ਗਿਆ ਔਰ ਜਿਸ ਗਲੀ ਦੇ ਵਿੱਚ ਉਸ ਸ਼ੇਰਗੋਟ ਨੂੰ ਕਦਰ ਕੀਤਾ ਗਿਆ ਸੀ ਉੱਥੇ ਹਰ ਜਲੰਧਰ ਵਾਲੇ ਨੂੰ ਕਿਹਾ ਜਾਂਦਾ ਸੀ ਕਹਿੰਦਾ ਢੇਰ ਪਾਰ ਹੋ ਕੇ ਜਿੱਦਾਂ ਤੇ ਲੋਕ ਕਰੀ ਗਈ ਆ ਇਸ ਢੰਗ ਨਾਲ ਹੋ ਕੇ ਤੇ ਫਿਰ ਕਾਂ ਜਲੰਧਰ ਔਰ ਵਕਤ ਆ ਗਿਆ ਅਪ੍ਰੈਲ 1919 ਦਾ 13 ਅਪ੍ਰੈਲ 1919 ਦਾ ਪਰ ਇਸ ਤੋਂ ਪਹਿਲਾਂ ਲਾਹੌਰ ਵਿੱਚ ਗੁਜਰਾਂਵਾਲੇ ਵਿੱਚ ਸ਼ੇਖੂਪੁਰਾ ਕਸੂਰ ਦੇ ਵਿੱਚ ਬਹੁਤ ਸਾਰੇ ਮੁਜ਼ਾਹਰੇ ਜਿਹੜੇ ਸੀ ਹੋ ਚੁੱਕੇ ਸੀ ਉਹਨਾਂ ਮੁਜ਼ਾਹਰਿਆਂ ਤੋਂ ਬਾਅਦ ਇੱਥੇ ਰੋਡ ਐਕਟ ਜਿਹੜਾ ਹੈ ਉਸ ਦੇ ਖਿਲਾਫ ਜਲਿਆਂਵਾਲਾ ਜਿਹੜਾ ਬਾਗ ਹੈ ਇਸ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਜਿੰਨੇ ਕਿ ਲੋਕ ਉੱਥੇ ਆ ਸਕਦੇ ਸਨ ਉਸ ਵੇਲੇ ਤਾਂ ਉਸ ਇਕੱਠ ਦੇ ਵਿੱਚ ਬੜੇ ਵੱਡੇ ਉਹਦੇ ਲੈਕਚਰ ਹੋ ਰਹੇ ਸਨ। ਕਰਤਾਰ ਸਿੰਘ ਨਾਮ ਦਾ ਇੱਕ ਸਰਦਾਰ ਲੈਕਚਰ ਕਰ ਰਿਹਾ ਸੀ ਰੋਡ ਐਕਟ ਦੇ ਖਿਲਾਫ ਲੇਕਿਨ ਪੰਜਾਬ ਦਾ ਜਿਹੜਾ ਗਵਰਨਰ ਸੀ ਉਹ ਸਰਮਾਇਕਰ ਅਡਵਾਇਰ ਉਸ ਨੇ ਹੁਕਮ ਦਿੱਤਾ ਬ੍ਰਿਗੇਡੀਅਰ ਜਨਰਲ ਡੈਰ ਨੂੰ ਕਿ ਇਸ ਭੀੜ ਨੂੰ ਦਬਾ ਦਿੱਤਾ ਜਾਵੇ ਹਰ ਹਰਬਾ ਜਰਬਾ ਬਣ ਕੇ। ਬ੍ਰਿਗੇਡੀਅਰ ਜਿਹੜਾ ਹੈ ਡੈਰ ਉਸ ਨੇ 90 ਜਿਹੜੇ ਗੋਰਖੇ ਸਨ ਫੌਜੀ 90 ਗੋਰਖਿਆਂ ਨੂੰ ਨਾਲ ਲੈ ਕੇ ਅਤੇ ਇੱਥੇ ਗੁਪਤ ਜ਼ਿਲ੍ਹੇ ਵਾਲੇ ਬਾਗ ਵਿੱਚ ਉਸਨੇ ਫਾਇਰਿੰਗ ਸ਼ੁਰੂ ਕੀਤੀ ਬਿਨਾਂ ਕਿਸੇ ਵਾਰਨਿੰਗ ਦੇ ਕਿਉਂਕਿ ਬਾਅਦ ਦੇ ਵਿੱਚ ਜਿਹੜੇ ਕਮਿਸ਼ਨ ਬਣੇ ਨੇ ਉਹਨਾਂ ਕਮਿਸ਼ਨਾਂ ਵਿੱਚ ਪੁੱਛਿਆ ਗਿਆ ਬ੍ਰਿਗੇਡੀਅਰ ਨੂੰ ਡੈਰ ਨੂੰ ਕਿ
ਤੁਸੀਂ ਕੋਈ ਵਾਰਨਿੰਗ ਦਿੱਤੀ ਸੀ ਕਿ ਨਹੀਂ ਦਿੱਤੀ ਵਾਰਨਿੰਗ? ਕਹਿੰਦਾ ਮੈਂ ਬਿਲਕੁਲ ਵਾਰਨਿੰਗ ਨਹੀਂ ਦਿੱਤੀ, ਅਸੀਂ ਇਹਨਾਂ ਨੂੰ ਮੈਂ ਸਬਸ ਕਰਨਾ ਚਾਹੁੰਦਾ ਸੀ ਕਿ ਨਾ ਕੋਈ ਐਜੂਕੇਸ਼ਨ ਨਾ ਕਰਨ, ਕੋਈ ਨਜ਼ਾਰਾ ਨਾ ਕਰਨ, ਇਹਨਾਂ ਨੂੰ ਦਬਾ ਕੇ ਰੱਖਣਾ ਹੀ ਇਹ ਮੇਰਾ ਪਰਮ ਧਰਮ ਹੈ। ਇਸ ਤਰ੍ਹਾਂ ਕਰਕੇ ਉਹਨਾਂ ਨੇ ਉਹ ਗੋਲੀਆਂ ਚਲਾਈਆਂ ਔਰ ਅਖਬਾਰਾਂ ਵਿੱਚ ਵੀ ਮੈਂ ਉਸ ਵਕਤ ਦੀਆਂ ਅਖਬਾਰਾਂ ਵੀ ਵੇਖੀਆਂ ਸਾਰਾ ਕੁਛ। 1650 ਉਹਨਾਂ ਨੇ ਫਾਇਰ ਜਿਹੜਾ ਉਹ ਕੀਤਾ ਔਰ ਬਹੁਤ ਸਾਰੇ ਲੋਕ ਉਸ ਵੇਲੇ ਉੱਥੇ ਗੱਡੀ ਹੋ ਗਿਆ, ਸ਼ਹੀਦ ਹੋ ਗਿਆ, ਉੱਥੇ ਖੂਹ ਜਿਹੜਾ ਹੈਗਾ ਖੂਹ ਦੇ ਵਿੱਚ ਕਈ ਦਿਨ ਪੈ ਕੇ ਕੁਛ ਹੋ ਗਿਆ। ਲੇਕਿਨ ਇਹ ਬੜਾ ਭਿਆਨਕ ਸੀ, ਇਹ ਭਿਆਨਕ ਹਾਦਸਾ ਇਹੋ ਜਿਹਾ ਸੀ ਜਿਹੋ ਜਿਹਾ 1984 ਦੇ ਵਿੱਚ ਦਿੱਲੀ ਦੇ ਵਿੱਚ ਜੋ ਸਿੱਖਾਂ ਦੇ ਨਾਲ ਕੀਤਾ ਗਿਆ ਸੀ ਇਸ ਕਿਸਮ ਦਾ ਹੀ ਸੀ। ਔਰ ਉੱਥੇ ਪੁਲਿਸ ਇਹ ਜਿਹੜਾ ਆਪਣੇ ਆਸ਼ਰਮ ਦਾ ਬੰਦਾ ਜਿਹੜਾ ਸੀ ਊਧਮ ਸਿੰਘ ਉਸ ਵਕਤ ਉੱਥੇ ਪਾਣੀ ਚਲਾ ਰਿਹਾ ਸੀ ਸ਼ਹੀਦ ਦੇ ਉੱਤੇ, ਨਾਲ ਇਹਦੇ ਹੋਰ ਵਿਦਿਆਰਥੀ ਸਨ। ਤਾਂ ਉਸ ਵਕਤ ਇਹਨੇ ਜਦੋਂ ਅੱਖਾਂ ਦੇ ਸਾਹਮਣੇ ਵੇਖਿਆ ਤੇ ਕੁਦਰਤੀ ਤੌਰ ਦੇ ਉੱਤੇ ਉਹ ਸੀ ਕਿਲਾ ਵਿੱਚ ਹੁੰਦਾ ਨਹੀਂ, ਜਦੋਂ ਸਾਹਮਣੇ ਜਿਹੜੀਆਂ ਲਾਸ਼ਾਂ ਪਿਛੀਆਂ ਹੋਣ ਸਾਹਮਣੇ ਖੂਨ ਲਿਆ ਹੋਣ। ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ, ਮੈਂ ਪ੍ਰੋਫੈਸਰ ਹਰੀ ਸਭਾ ਨੂੰ ਜਾ ਕੇ ਦੂਜੇ ਦਿਨ ਮੰਗਾਇਆ ਸੀ। ਅਸੀਂ 1978 ਦੇ ਵਿੱਚ ਦਰਬਾਰ ਸਾਹਿਬ ਨੂੰ ਆਏ ਅੰਦਰ ਪ੍ਰੋਟੈਸਟ ਕਰਨ ਉਗਰ ਸਿੰਘਾਂ ਦੇ ਨਾਲ, ਔਰ ਜੋ ਉੱਥੇ ਗੋਲੀ ਕਾਂਡ ਵਾਪਰਿਆ ਉਹ ਅੱਖੀ ਦੇਖਿਆ ਔਰ ਉਹਦੇ ਵਿੱਚ ਉੱਥੇ ਨਾਲ ਆਤਾ ਕਿ ਲੜਕਾਰੀਆਂ ਨੇ ਮਾਰੀ, ਬਿਲਕੁਲ ਗਲਤ ਸੀ। ਉਹਦੇ ਜਿੰਨੀ ਗੋਲੀ ਚੱਲੀ ਆ ਪੀਸ ਨੇ ਮਾਰੀ, ਉਹਦੀ ਜੋਸ਼ੀ ਜਿਹੜਾ ਉਸ ਵੇਲੇ DSP ਸਨ ਉਹਨਾਂ ਨੇ ਉਹ ਸਿੱਖਾਂ ਦਾ ਜਿਹੜਾ ਕਦਰ ਕੀਤਾ ਔਰ ਉਹਨਾਂ ਦੇ ਸਾਹਮਣੇ ਉਹਨਾਂ ਨੇ ਗੋਲੀਆਂ ਚਲਾਈਆਂ ਸਿਪਾਹੀਆਂ ਕੋਲੋਂ 3.3 ਦੀਆਂ ਰਾਈਫਲਾਂ ਲੈ ਕੇ ਆਪ ਚਲਾਉਂਦੇ ਨੇ ਹੋਰ ਸਾਰਾ ਕੁਛ ਉਹਦਾ ਪਿਛਾ ਕੀਤਾ। ਇਹ ਬੜੀ ਵੱਡੀ ਗੱਲ ਆ, ਮੈਂ ਦੇਖ ਕੇ ਯਾਦ ਕਰਾਂ। ਤੋ ਇਸ ਕੰਮ ਦੇ ਨਾਲ ਇਹ ਊਧਮ ਸਿੰਘ ਦੇ ਉੱਤੇ ਬੜੇ ਵੱਡਾ ਇੱਕ ਇਹ ਅਸਰ ਹੈ। ਉਸ ਵਕਤ ਉਸ ਤੋਂ ਬਾਅਦ ਕੀ ਹੋਇਆ, ਸਰ ਸੁੰਦਰ ਸਿੰਘ ਮਜੀਠੀਆ ਜਿਹੜੇ ਸਨ ਉਹਨਾਂ ਨੇ ਟੀਮ ਖਾਨੇ ਦੇ ਕੋਈ ਬੱਚਿਆਂ ਦੀਆਂ ਉੱਥੇ ਡਿਊਟੀਆਂ ਲਾਈਆਂ ਵੀ ਉੱਥੇ ਕੋਈ ਦਰਸ਼ਾ ਦੁਰਸ਼ਾ ਨਹੀਂ ਜਾਂ ਜਿਹੜੇ ਕਿ ਭਾਲ ਕਰਦੇ ਨੇ ਵੀ ਸਾਡਾ ਬੰਦਾ ਕਿੱਥੇ ਆ ਸਾਡਾ ਕਿੱਥੇ ਆ, ਉਹਨਾਂ ਦੇ ਲੱਭ ਕੇ ਜਿਹੜੇ ਜਵਾਬ ਕਰ। ਹੁਣ ਜਦੋਂ ਲਾਸ਼ਾਂ ਵਿੱਚ ਇਸ ਤਰ੍ਹਾਂ ਫਿਰਨਾ ਥੱਲੇ ਖੂਨ ਦੇ ਵਿੱਚ ਨਦੀਆਂ ਵਹਿ ਗਿਆ ਨੇ ਉਹਨਾਂ ਦੇ ਪੈਰ ਭਿੱਜੇ ਹੋਰ ਸਾਰਾ ਕੁਛ ਹੋਵੇ, ਤਾਂ ਫਿਰ ਕਿਉਂ ਨਾ ਦਿਲ ਦੇ ਵਿੱਚ ਕੋਈ ਡਰਦੇ ਹੋਏ ਉੱਠੇ। ਉਸ ਵਕਤ ਊਧਮ ਸਿੰਘ ਨੇ ਥੱਲਿਓਂ ਮਿੱਟੀ ਲਿਆ ਕੇ ਅਤੇ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਦਰਬਾਰ ਸਾਹਿਬਾਂ ਦੇ ਮੂੰਹ ਭਰ ਕੇ ਕਿਹਾ, ਸੱਚੇ ਪਾਤਸ਼ਾਹ ਹਿੰਮਤ ਬਖਸ਼ ਤੇਰੀ ਕਿਰਪਾ ਹੋਵੇ ਅਤੇ ਜਿਹੜਾ ਉਹਦਾ ਮੁੱਖ ਕਤਲ ਆ ਉਹਦਾ ਮੈਂ ਬਦਲ ਲਵਾਂ ਕਿਸੇ ਵਕਤ। ਔਰ ਉਹ ਗੱਲਾਂ ਜਿਹੜੀਆਂ ਉਹਦੇ ਦਿਲ ਵਿੱਚ ਸਨ ਔਰ ਉਸ ਤੋਂ ਬਾਅਦ ਉਸਦੇ ਮਨ ਵਿੱਚ ਐਸਾ ਕੋਈ ਹਵਾਲ ਗਿਆ। ਇਹ ਜਿਹੜੀ ਸੈਕਟਰ ਖਾਲਸਾ ਜੀ ਸਾਡੇ ਦੀ ਉੱਥੇ ਰਹਿੰਦੇ ਸਨ ਉਹ ਇਹਨਾਂ ਨੇ ਛੱਡ ਕੇ, ਤਾਂ ਫਿਰ ਇੱਕ ਦਰਬਾਰ ਸਾਹਿਬ ਦੇ ਲਾਗੇ ਇਹ ਪਿੰਡ ਦੀ ਦੁਕਾਨ ਜਿਹੜੀ ਬਣਾ ਦਿੱਤੀ। ਲੇਕਿਨ ਕਮਾਲ ਦੀ ਗੱਲ ਇਹ ਉਹਦੇ ਉੱਤੇ ਨਾਂ ਲਿਖ ਦਿੱਤਾ ਰਾਮ ਮੁਹੰਮਦ ਸਿੰਘ ਆਜ਼ਾਦ, ਯਾਨੀ ਤਿੰਨਾਂ ਜਿਹੜੀਆਂ ਆਜ਼ਾਦੀਆਂ ਨੇ ਉਹਨਾਂ ਦੇ ਨਾਂ ਦਾ ਨਾਂ ਲਿਖ ਦਿੱਤਾ, ਸਿੱਖਾਂ ਦਾ ਵੀ ਮੁਹੰਮਦ ਵੀ ਆ ਗਿਆ ਅਤੇ ਰਾਮ ਵੀ ਆ ਗਿਆ। ਤੋ ਇਸ ਤਰ੍ਹਾਂ ਕਰਕੇ ਉਹ ਉੱਥੇ ਆਪਣਾ ਜਿਹੜਾ ਟ੍ਰੇਨਿੰਗ ਟੂਰਿੰਗ ਦਾ ਕੰਮ ਕੁੰਮ ਕਰਦੇ ਆ। ਲੇਕਿਨ ਮੇਨ ਮਕਸਦ ਜਿਹੜਾ ਸੀ ਇਹ ਸੀ ਕਿ ਕਿਸੇ ਢੰਗ ਦਾ ਉਹਦਾ ਬਦਲਾ ਜ਼ਰੂਰ ਚੁਕਾਇਆ ਜਾਵੇ, ਉਹਦੇ ਵਾਸਤੇ ਨਿਯੁਕਤਾਂ ਕੀਤੀਆਂ ਗਈਆਂ। ਹੌਲੀ ਹੌਲੀ ਸਭ ਤੋਂ ਪਹਿਲਾਂ ਆਪਣੇ ਪਹੁੰਚੇ ਨੇ ਕਸ਼ਮੀਰ, ਕਸ਼ਮੀਰ ਤੋਂ ਸਾਰੇ ਤੋਂ ਨੇਪਾਲ ਪਹੁੰਚੇ ਨੇ ਔਰ ਨੇਪਾਲ ਤੋਂ ਫਿਰ ਉਹ ਕਿਸੇ ਢੰਗ ਦੇ ਨਾਲ ਅਫਰੀਕਾ ਪਹੁੰਚ ਗਿਆ। ਇਹ ਤਾਂ ਪਹੁੰਚਿਆ ਕਦੀ ਜਰਮਨੀ ਦੇ ਵਿੱਚ, ਕਦੀ ਫਰਾਂਸ ਦੇ ਵਿੱਚ, ਕਦੀ ਕਿਹੜੇ ਮੁਲਕ ਵਿੱਚ, ਕਦੀ ਹਾਲੈਂਡ ਦੇ ਵਿੱਚ, ਕਦੀ ਕਿਹੜੇ ਉਹਦੀਆਂ ਹਨ। ਹੌਲੀ ਹੌਲੀ ਕਿਸੇ ਢੰਗ ਦੇ ਨਾਲ ਲੰਡਨ ਦੇ ਵਿੱਚ ਪਹੁੰਚ ਗਿਆ। ਲੰਡਨ ਦੇ ਪਹੁੰਚੇ ਬੜੀ ਕਮਾਲ ਦੀ ਗੱਲ ਇਹ ਸੀ, ਇੱਕ ਸੀ ਕਿ ਸ਼ਹੀਦ ਊਧਮ ਸਿੰਘ ਜਿਹੜਾ ਸੀ ਨਾ ਸਰੀਰ ਦਾ ਬੜਾ ਵਿਖੀਲਾ, ਬੜਾ ਚੁਸਤ ਔਰ ਗੋਰੇ ਰੰਗ ਦਾ, ਅੰਗਰੇਜ਼ਾਂ ਦੇ ਵਿੱਚ ਅੰਗਰੇਜ਼ ਵਰਗਾ ਹੀ ਸੀ ਔਰ ਉਸਨੇ ਸਾਰੇ ਸਮੇਂ ਦੇ ਵਿੱਚ ਆਪਣੇ ਪਤਾ ਨਹੀਂ ਕਿੰਨੇ ਭੇਸ ਬਦਲੇ ਔਰ ਉੱਥੇ ਕੀ ਅੰਗਰੇਜ਼ਾਂ ਨੂੰ ਉਸਨੇ ਹੈਲਪ ਪਾ ਕੇ ਰੱਖਣਾ ਅਤੇ ਸ਼ਾਮ ਨੂੰ ਆਪਣੇ ਸੈਰ ਸੂਰ ਨਿਕਲਣਾ ਜਾਂ ਕਿਸ ਤਰ੍ਹਾਂ, ਸਭ ਤੋਂ ਪਹਿਲਾਂ ਉਸਨੇ ਕੀਤਾ ਕਿ ਜਿਹੜਾ ਸਨ ਮੈਕਰ ਰਾਇਰ ਉਸ ਦਾ
ਕਾਇਮ ਕੀਤਾ ਜਾ ਉਹ ਥਾਂ ਟਿਕਾਣੇ ਦਾ ਪਤਾ ਕਰ ਲਿਆ ਕਿ ਇਹ ਕਰ ਲਿਆ ਉਹ ਅਸੀਂ ਰੈਗੀ ਕਰਦੇ ਹਾਂ ਕਈ ਵੀ ਸੈਰ ਕਰਦੇ ਹਾਂ ਸਰ ਮੈਕਰ ਡਰਾ ਕੇ ਅੰਦਰ ਟੱਕਰ ਜਾਂਦਾ ਸੀ ਇਹ ਵੀ ਟੱਕਰ ਜਾਂਦਾ ਸੀ ਇੱਕ ਦੂਜੇ ਨੂੰ ਦੇਖ ਕੇ ਨਿਕਲ ਜਾਂਦੇ ਸੀ ਉਹਨੂੰ ਨਹੀਂ ਪਤਾ ਵੀ ਇਹ ਕੌਣ ਆ ਲੇਕਿਨ ਇਹਨੂੰ ਪਤਾ ਸੀ ਕਿ ਇਹ ਉਹ ਆ ਜਿਹਨੇ ਉਹਦੇ ਆਹ ਕੁਛ ਕੀਤਾ ਇੱਕ ਵਕਤ ਆ ਗਿਆ ਉਹ ਸੀ ਕਿ ਲੰਡਨ ਆਫਿਸ ਦੇ ਵਿੱਚੋਂ ਇਸ ਨੇ ਜਾ ਕੇ ਉਸਦਾ ਪਹਿਲਾਂ ਪਤਾ ਕੀਤਾ ਉਹਦਾ ਐਡਰੈਸ ਲਿਆ ਕਿਸੇ ਢੰਗ ਨਾਲ ਅਤੇ ਉਸ ਤੋਂ ਬਾਅਦ ਉੱਥੇ ਅਖਬਾਰਾਂ ਦੇ ਵਿੱਚ ਗੱਲ ਛਪ ਗਈ ਕਿ ਇੰਨੇ 12 ਮਾਰਚ ਨੂੰ ਕੈਕਸਟਨ ਹਾਲ ਦੇ ਵਿੱਚ ਇੱਕ ਬਹੁਤ ਵੱਡੀ ਕਾਨਫਰੰਸ ਹੋ ਰਹੀ ਆ ਇੱਕ ਸੈਮੀਨਾਰ ਹੋ ਰਿਹਾ ਉਸ ਦੇ ਵਿੱਚ ਫਲਾਣੇ ਫਲਾਣੇ ਜਿਹੜੇ ਬੱਤਾਂ ਨੇ ਉਹ ਬੋਲਣਗੇ ਉਸ ਦੇ ਵਿੱਚ ਹਿੰਦੁਸਤਾਨ ਦੀ ਜਿਹੜੀ ਸਿਆਸੀ ਜਿਹੜੀ ਅਤੇ ਭੂਗੋਲਿਕ ਜਿਹੜੀ ਸਿਚੁਏਸ਼ਨ ਉਸ ਦੇ ਬਾਰੇ ਅਤੇ ਅਫਗਾਨਿਸਤਾਨ ਦੇ ਵਿੱਚ ਉਹਨਾਂ ਨੇ ਰੇਟ ਦੀ ਨੀਤੀ ਕੀ ਸੀ ਉਸ ਦੇ ਬਾਰੇ ਇਹ ਵਿਚਾਰਾਂ ਦੇ ਤਕਰੀਰਾਂ ਹੋਈਆਂ ਸਨ ਜਿਸ ਦੇ ਵਿੱਚ ਲਾਰਡ ਕਮਿੰਟਨ ਲਾਰਡ ਲੁਇਸਟੇਨ ਔਰ ਇਹ ਸਰ ਮਾਈਕਲ ਡਰਾਇਰ ਅਤੇ ਹੋਰ ਕਈ ਪ੍ਰੋਮੀਨੈਂਟ ਜਿਹੜੇ ਇੱਥੋਂ ਅਫਸਰ ਜਿਹੜੇ ਬਣ ਕੇ ਜਾਂ ਰਹਿ ਕੇ ਚਲੇ ਗਏ ਸੀ ਉਹਨਾਂ ਨੇ ਉੱਥੇ ਬੋਲਣਾ ਸੀ ਅਤੇ ਉਹਨਾਂ ਨੇ ਹਾਜ਼ਰ ਹੋਣਾ ਸੀ ਉਦੋਂ ਸੈਕਿੰਡ ਹੋ ਜਿਸ ਇੱਦਾਂ ਦਾ ਪਤਾ ਲੱਗਾ ਦੁਬਾਰਾ ਨੂੰ ਕਿ 13 ਮਾਰਚ ਨੂੰ ਉਸ ਜਿਹੜਾ ਕੈਸਟਨ ਹਾਲ ਦੇ ਵਿੱਚ ਹੋਣਾ ਸੀ ਉਸ ਤੋਂ ਇੱਕ ਰਾਤ ਪਹਿਲਾਂ ਉਸ ਨੇ ਆਪਣੇ ਦੋਸਤਾਂ ਨੂੰ ਇੱਕ ਪਾਰਟੀ ਕੀਤੀ ਹੈ ਪਾਰਟੀ ਕੀਤੀ ਆ ਇੱਕ ਜਿਹੜਾ ਜਿੰਨਾ ਵੀ ਨਾਂ ਉਹਦਾ ਵਿੱਚੋਂ ਨਹੀਂ ਕੱਢਿਆ ਕਿ ਕੱਲ੍ਹ ਨੂੰ ਕੀ ਕੁਛ ਹੋਣਾ ਪਾਰਟੀ ਕਰਨ ਤੋਂ ਬਾਅਦ ਉਹਨਾਂ ਨੂੰ ਦੁੱਖ ਪਾਇਆ ਥੋੜ੍ਹਾ ਥੋੜ੍ਹਾ ਅਤੇ ਕਹਿੰਦਾ ਵੀ ਤੁਸੀਂ ਲਿਖੋਗੇ ਕੱਲ੍ਹ ਨੂੰ ਉਹਨਾਂ ਨੂੰ ਬਹੁਤ ਚੰਗੀ ਖਬਰ ਸੁਣੋ ਉਹ ਵੀ ਬੜੇ ਬਾਅਦ ਹੈਰਾਨ ਹੋਏ ਕਿ ਸਾਨੂੰ ਦੱਸਿਆ ਤੱਕ ਔਰ ਜਿਸਨੇ ਸਰ ਮਾਈਕਲ ਡਰਾਇਰ ਜਿਹੜਾ ਕਿ ਲੈਫਟੀਨੈਂਟ ਗਵਰਨਰ ਸੀ ਪੰਜਾਬ ਦਾ ਜਿਸ ਦੇ ਆਰਡਰ ਦੇ ਨਾਲ ਜਲ੍ਹਿਆਂ ਦੇ ਬਾਗ ਦੇ ਵਿੱਚ ਸਾਡਾ ਹੋਇਆ ਉਹ ਬੋਲ ਰਿਹਾ ਸੀ ਉਹ ਕਹਿੰਦਾ ਸੀ ਵੀ ਇਹ ਹਿੰਦੁਸਤਾਨੀ ਕੁੱਤੇ ਨੇ ਇਹਨਾਂ ਨੂੰ ਮੈਂ ਉਹ ਸਬਕ ਸਿਖਾਇਆ ਉੱਥੇ ਜਲ੍ਹਿਆਂ ਦੇ ਬਾਗ ਵਿੱਚ ਅੰਮ੍ਰਿਤਸਰ ਵਿੱਚ ਹੋਰ ਬਹੁਤ ਕੁਛ ਉਸਨੇ ਕਿਹਾ ਇਹ ਕਹਿੰਦੇ ਵੀ ਇਹ ਇਸੇ ਦੇ ਲੈ ਗਏ ਇਹਨਾਂ ਨੂੰ ਆਜ਼ਾਦੀ ਕਰਨ ਦਾ ਮਤਲਬ ਕੀ ਆ ਇਹਨਾਂ ਨੂੰ ਇਸ ਤਰੀਕੇ ਦਾ ਰੱਖਣਾ ਚਾਹੀਦਾ ਕਲਾਮ ਨਾ ਆ ਗਿਆ ਉਸ ਵਕਤ ਹੁਕਮ ਸਿੰਘ ਜਿਹੜਾ ਸੀ ਉਸਨੇ ਆਪਣਾ ਰਿਵਾਲਵਰ ਕੱਢਿਆ ਔਰ ਗੋਲੀਆਂ ਲਾ ਦਿੱਤੀਆਂ ਉਦੋਂ ਉਹ 31 ਗੋਲੀਆਂ ਸਨ ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਉਸਨੇ ਪਹਿਲੀਆਂ 6 ਗੋਲੀਆਂ ਚਲਾਈਆਂ ਉਹਦੇ ਨਾਲ ਉੱਥੇ ਸਰ ਮਾਈਕਲ ਰਹਿ ਗਿਆ ਉਹਦੇ ਥਾਂ 'ਤੇ ਪੜ ਗਿਆ ਜਿਹੜੇ ਬੰਬਈ ਦੇ ਗਵਰਨਰ ਰਹਿ ਚੁੱਕੇ ਸੀ ਲਾਰਡ ਲਿੰਟਨ ਉਹ ਜ਼ਖਮੀ ਹੋ ਗਿਆ ਦੂਜੇ ਵੀ ਜ਼ਖਮੀ ਹੋ ਗਿਆ ਅਤੇ ਉੱਥੇ ਹਵਾ ਦਫੜੀ ਬਾਜੀ ਉਹਦਾ ਹਾਲ ਖਜਾ ਕਰ ਪੜਿਆ ਸੀ ਉਸ ਵਕਤ ਉਹ ਬੜਾ ਖੁਸ਼ ਹੋਇਆ ਕਿ ਮੈਂ ਬਦਲਾ ਲੈ ਲਿਆ 20 ਸਾਲਾਂ ਤੋਂ ਬਾਅਦ ਜਾ ਭੱਜਣਾ ਚਾਹੁੰਦਾ ਉਸ ਭੀੜ ਵਿੱਚੋਂ ਭੱਜ ਸਕਦਾ ਸੀ ਲੇਕਿਨ ਉਹਨੂੰ ਕਿਹਾ ਕਹਿੰਦੇ ਆ ਮੈਨੂੰ ਫੋਲੋ ਲੈਣੇ ਵਾਸਤੇ ਮੈਂ ਖੜਾ ਪੱਟਾ ਮੈਨੂੰ ਫੋਲੋ ਮੈਂ ਕਿਤੇ ਭੱਜਣਾ ਨਹੀਂ ਅਤੇ ਉਹ ਦੇਖੋ ਉਹ ਪਿਆਈ ਇਸ ਤਰ੍ਹਾਂ ਇਸ਼ਾਰਾ ਕੀਤਾ ਅਤੇ ਦੂਜਿਆਂ ਨੇ ਕਿਹਾ ਵੀ ਇਹ ਮਰਿਆ ਕਿ ਨਹੀਂ ਮਰਿਆ ਮਤਲਬ ਉਹਨੇ ਕਿਹਾ ਵੀ ਉਹ ਮਰ ਗਿਆ ਜਿਹਨੂੰ ਮਾਰਨਾ ਸੀ ਇਸ ਤਰ੍ਹਾਂ ਕਰਕੇ ਉਹਨੇ ਫਿਰ ਖਲੋਤਾ ਲਿਆ ਉਹਨੂੰ ਅਰੈਸਟ ਕਰ ਲਿਆ ਬੜਾ ਖੁਸ਼ ਕੋਈ ਘਬਰਾਹਟ ਨਹੀਂ ਹੈ ਔਰ ਮਾਨਸਿਕ ਤੌਰ 'ਤੇ ਮੈਨੂੰ ਤਸੱਲੀ ਹੋਈ ਕਿ ਮੈਂ 21 ਸਾਲਾਂ ਬਾਅਦ ਜਾ ਕੇ ਉਹ ਜਲ੍ਹਿਆਂ ਵਾਲੇ ਬਾਗ ਦਾ ਜਿਹੜਾ ਬੰਦਾ ਲੈ ਗਿਆ ਉਹ ਵਿੱਚ ਵੈਂਕਟੇ ਦਾ ਕੋਰਟ ਸੀ ਉਹ 'ਚ ਉਹਦਾ ਮੁਕੱਦਮਾ ਚੱਲਿਆ ਭਾਰਤ ਦਾ ਜਿਹੜਾ ਪਹਿਲਾ ਡਿਫੈਂਸ ਮਿਨਿਸਟਰ ਸੀ ਕ੍ਰਿਸ਼ਨਾ ਮੈਨ ਉਸਨੇ ਉਸਦੀ ਪੈਰਵਾਈ ਕੀਤੀ ਉਹ ਐਡਵੋਕੇਟ ਸੀ ਉਹਨੇ ਬੜਾ ਸਮਝਾਇਆ ਕਿਉਂਕਿ ਉੱਥੋਂ ਦੇ ਜਿਹੜੇ ਸਿੱਖ ਸਨ ਉਹਨਾਂ ਨੇ ਬਹੁਤ ਸਾਰੇ ਫੰਡ ਇਕੱਠੇ ਕਰਕੇ ਵਕੀਲਾਂ ਨੂੰ ਦਿੱਤੇ ਹੁਣ ਕਹਿੰਦਾ ਤੁਸੀਂ ਨਾ ਕਰੋ ਇਹ ਜੋ ਮੇਰਾ ਆਉਣਾ ਮੈਨੂੰ ਪਤਾ ਮੈਨੂੰ ਪਤਾ ਵੀ ਮੈਨੂੰ ਇਹਨਾਂ ਨੇ ਫਾਂਸੀ ਦੇਣੀ ਅਤੇ ਤੁਸੀਂ ਪੈਸਾ ਜਾਇਆ ਨਾ ਕਰੋ ਉਸ ਪੈਸੇ ਨੂੰ ਕਿਸੇ ਚੰਗੇ ਥਾਂ ਦੇ ਉੱਤੇ ਖਰਚ ਕਰੋ ਕਿਸੇ ਐਜੂਕੇਸ਼ਨ 'ਤੇ ਖਰਚ ਕਰੋ ਕਿਸੇ ਰੀਤ ਦੇ ਉੱਤੇ ਖਰਚ ਕਰ ਲਿਓ ਮੈਨੂੰ ਖੁਸ਼ੀ ਹੋਈ ਪਰ ਮੇਰੀ ਪੈਰਵੀ ਦੇ ਵਾਸਤੇ ਇੰਨਾ ਖਰਚ ਨਾ ਕਰ ਲੇਕਿਨ ਉਹ ਇੱਕ ਜੇਲ੍ਹ ਵਿੱਚ ਨਹੀਂ ਗਿਆ ਉਸਨੇ ਇੱਕ ਸਰਦਾਰ ਜੋ ਸਨ
ਉਹਨੂੰ ਕਿਹੜੀਆਂ ਨਹੀਂ। ਮੈਨੂੰ ਇੱਕ ਗੁਰਦਾ ਭੇਜੋ, ਮੈਨੂੰ ਫਲਾਣੀ ਦੁਕਾਨ ਭੇਜੋ, ਮੇਰਾ ਆਹ ਕੁਛ ਕਰੋ। ਨਾਲ ਇਹ ਵੀ ਕੀਤਾ, ਅਪੀਲ ਕੀਤੀ ਹੈ ਕਿ ਸਾਰਿਆਂ ਨੂੰ ਸਮਝਾ ਦਿਓ ਕਿ ਮੇਰੀ ਪੈਰਵੀ ਕਰਨ ਵਾਸਤੇ ਗੁਰਬਦਾਰ ਅਨੁਕੂਲ ਨਾਲ ਕਥਾ ਕਰਨਾ ਅਤੇ ਨਾ ਕੋਈ ਪੈਸੇ ਲਾਇਓ ਅਤੇ ਮੈਂ ਬੁੱਢੇ ਹੋਣ ਦੀ ਬਜਾਏ ਬੁੱਢਾ ਹੋ ਕੇ ਮਰਨ ਵਾਲਾ ਜਵਾਨੀ ਵਿੱਚ ਕਿਹੜਾ ਮਰਨਾ ਮੈਂ ਪਸੰਦ ਕਰਾਂ। ਮੈਨੂੰ ਜਿਹੜੀ ਸਜ਼ਾ ਹੈ ਭਾਵੇਂ 10 ਸਾਲ ਹੋ ਜਾਵੇ, 20 ਸਾਲ ਹੋ ਜਾਵੇ, 30 ਹੋ ਜਾਵੇ, 50 ਹੋ ਜਾਵੇ, ਮੈਂ ਖੁਸ਼ ਹਾਂ। ਜੋ ਕੁਛ ਕੀਤਾ ਉਹ ਸਭ ਕੁਛ ਠੀਕ ਹੈ ਅਤੇ ਮੇਰਾ ਮਤਲਬ ਜਿਹੜਾ ਆਜ਼ਾਦ ਹੋਣਾ ਚਾਹੀਦਾ। ਕਿਸ ਕਿਸਮ ਦਾ ਜਜ਼ਬਾ ਸੀ ਉਸ ਉਧਮ ਸਿੰਘ ਦੇ ਮਨ ਦੇ ਵਿੱਚ ਜਿਸ ਨੇ ਸੈਂਟਰਲ ਗਵਰਨਮੈਂਟ ਇਹ ਜਗ੍ਹਾ ਤੋਂ ਉਸਨੂੰ ਇਹ ਸਾਰੀ ਗੁਰਤੀ ਜਿਹੜੀ ਸੀ ਉਹ ਪ੍ਰਾਪਤ ਹੋਈ। ਇਸ ਦੀਖਾਨੇ ਬਹੁਤ ਵੱਡੇ ਵੱਡੇ ਰਾਗੀ ਪੈਦਾ ਕੀਤੇ ਨੇ, ਬਹੁਤ ਵੱਡੇ ਵੱਡੇ ਰਾਇਤ ਪੈਦਾ ਕੀਤੇ ਨੇ, ਸਾਹਿਤਕਾਰ ਪੈਦਾ ਕੀਤੇ ਨੇ। ਔਰ ਕਿਹੋ ਜਿਹਾ ਜਿਹੜੇ ਪੈਟਰੀਆ ਜਿਹਨਾਂ ਨੇ ਦੇਸ਼ ਦੇ ਕੌਮ ਦੇ ਵਾਸਤੇ ਸੇਵਾ ਕੀਤੀ ਆ ਉਹ ਪੈਦਾ ਕੀਤੇ, ਇਹ ਬਹੁਤ ਵੱਡੀ ਗੱਲ ਹੈ, ਕੋਈ ਛੋਟੀ ਗੱਲ ਨਹੀਂ ਹੈ। ਖਾਸ ਤੌਰ 'ਤੇ ਜਦੋਂ ਇਹੋ ਜਿਹਾ ਐਟਮੋਸਫੀਅਰ ਮਿਲਦਾ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ, ਅਤੇ ਸੁਭਾਵਿਕ ਤੌਰ 'ਤੇ ਹੀ ਉਹ ਸਾਡੇ ਸੰਸਕਾਰ ਵੀ ਇਸ ਕਿਸਮ ਦੇ ਉਹ ਪੰਥਦੇ ਨੇ। ਇਸ ਤਰ੍ਹਾਂ ਕਰਕੇ ਜਦੋਂ ਇਹ ਸ਼੍ਰੀ ਊਧਮ ਸਿੰਘ ਜਿਹੜਾ ਆਪਣੀ ਜੇਲ੍ਹ ਦੇ ਵਿੱਚ ਸੀ ਤਾਂ ਉੱਥੇ ਰਹਿੰਦਾ ਹੈ ਕਿ ਇਹ ਬਹੁਤ ਕੁਛ ਪੜ੍ਹਦਾ ਰਹਿੰਦਾ ਸੀ, ਕੋਈ ਗੁਰੂ ਕਰਾਉਂਦਾ ਸੀ, ਕਹਿੰਦਾ ਸੀ ਦੇਖੋ ਮੈਂ ਇਸ ਗੋਰੀ ਸਰਕਾਰ ਦਾ ਸ਼ਾਹੀ ਮਹਿਮਾਨ, ਸ਼ਾਹੀ ਮਹਿਮਾਨ ਬਣ ਕੇ ਮੈਂ ਇਸ ਜੇਲ੍ਹ ਦੇ ਵਿੱਚ ਬੈਠਾ ਅਤੇ ਮੈਂ ਇਹਨਾਂ ਦਾ ਇਸ ਕਰਕੇ ਮੈਂ ਮਤਲਬ ਮੈਨੂੰ ਬੜੀ ਖੁਸ਼ੀ ਆ। ਤਾਂ ਇਸ ਤਰ੍ਹਾਂ ਕਰਕੇ ਜਦੋਂ ਅੱਜ ਦਾ ਜਿਹੜਾ ਦਿਨ ਹੈ, ਅੱਜ ਦੇ ਦਿਨ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਲੰਡਨ ਦੇ ਵਿੱਚ। ਲੰਡਨ ਦੇ ਵਿੱਚ ਜਦੋਂ ਫਾਂਸੀ ਦੇਣ ਲੱਗੇ ਹਾਂ ਤਾਂ ਕਹਿੰਦੇ ਉਹ ਦਲ ਦੇ ਵਿੱਚ ਜਦੋਂ ਫਾਂਸੀ ਪਾਉਣ ਲੱਗੇ ਆ ਕਹਿੰਦੇ ਵੀ ਨਹੀਂ ਇਹ ਮੈਂ ਆਪ ਪਾਉਣਾ, ਆਪ ਪਾਈ ਆ। ਅਤੇ ਸਭ ਤੋਂ ਵੱਡੀ ਗੱਲ ਇਹ ਇੱਕ ਮੈਂ ਗੱਲ ਦੱਸ ਦੇਣੀ ਚਾਹੁੰਦਾ ਕਿ ਹੁਣ ਵੀ ਇਸ ਵਕਤ ਨਹੀਂ, ਜਦੋਂ ਕਿਸੇ ਜੱਜ ਜਿਹੜਾ ਜਜਮੈਂਟ ਦਿੰਦਾ ਨਾ ਕਿ ਫਲਾਣੇ ਨੂੰ ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ, 50% ਹੀ ਬੰਦਾ ਉਦੋਂ ਹੀ ਮਰ ਜਾਂਦਾ ਕਿ ਮੈਨੂੰ ਇਸ ਤਰ੍ਹਾਂ ਜਿਹੜੀ ਮੌਤ ਦੀ ਸਜ਼ਾ ਦਾ ਐਲਾਨ ਹੋ ਗਿਆ ਅਤੇ ਫਾਂਸੀ ਹੋਣ ਤੱਕ ਉਹ 70% ਹੀ ਮਰ ਜਾਂਦਾ। ਕਈ ਦਫ਼ਾ ਜੇਲ੍ਹ ਜਿਹੜੇ ਹੁੰਦੇ ਨੇ ਜੇਲ੍ਹ ਦੇ ਸਸਪੈਂਡਰ ਉਹਨਾਂ ਦੇ ਜਿਹੜੇ ਹੋਰ ਸਾਥੀ ਨੇ ਉਹ ਫੜ ਫੜ ਕੇ ਚੁੱਪ ਚੁੱਪ ਕੇ ਉਹਦੇ ਗੱਲ ਦੇ ਉੱਤੇ ਸਾਂਝਾ ਪਾਉਂਦੇ। ਲੇਕਿਨ ਸ਼ਹੀਦ ਊਧਮ ਸਿੰਘ ਐਸਾ ਸੀ ਉਸ ਦਾ ਜੇਲ੍ਹ ਦੇ ਵਿੱਚ 5 ਪਾਉਂਡ ਵਜ਼ਨ ਜਿਹੜਾ ਵੱਧ ਗਿਆ, ਉਹ ਤਾਂ ਐਸੇ ਨੇ ਡਰ ਕੇ ਹੀ ਮਤਲਬ ਅਜੂ ਹੋਏ ਹੋਏ ਆ ਅਤੇ ਇਹ ਸ਼ਹੀਦ ਉਹ ਕਿਹਾ ਜਿਹਦਾ 5 ਪਾਉਂਡ ਵਜ਼ਨ ਵੱਧ ਗਿਆ ਅਤੇ ਚਿਹਰੇ 'ਤੇ ਬੜਾ ਖੇੜਾ ਹੈ, ਹੱਸਦਾ ਖੇਡਦਾ ਕਿਰਕਾਰੀਆਂ ਮਾਰਦਾ ਔਰ ਇਹੋ ਚਾਹੁੰਦਾ ਹੈ ਕਿ ਮੇਰਾ ਵਤਨ ਜਿਹੜਾ ਆਜ਼ਾਦ ਹੋਵੇ, ਦੇਸ਼ ਆਜ਼ਾਦ ਹੋਵੇ ਅਤੇ ਇਹ ਜਲ੍ਹਿਆਂ ਵਾਲੇ ਬਾਗ ਦਾ ਮੈਂ ਬੰਦਾ ਜਿਹੜਾ ਲੱਗਿਆ ਉਹਨਾਂ ਨੇ ਇਸ ਢੰਗ ਜਿਹੜਾ ਉਸਨੇ ਫਾਂਸੀ ਦਾ ਬੰਦਾ ਆਪਣੇ ਪਾਇਆ ਅਤੇ ਅੱਜ ਦਾ ਦਿਨ ਜਿਹੜਾ ਆਪਾਂ ਉਹਨਾਂ ਦੇ ਮੁੰਡੇ ਤੋਂ ਮਨਾ ਰਹੇ ਹਾਂ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਸਥਾਨ ਤੋਂ ਉੱਠ ਕੇ ਉਸਨੇ ਉਹ ਸਾਰਾ ਕੰਮ ਜਿਹੜਾ ਸੀ ਕਾਰਜ ਕੀਤਾ। ਔਰ ਸਭ ਤੋਂ ਵੱਡੀ ਗੱਲ ਮੈਂ ਹੋਰ ਦੱਸਣੀ ਚਾਹੁੰਦਾ, ਜਿਹਨਾਂ ਲੋਕਾਂ ਨੇ ਬਹੁਤ ਵਧੀਆ ਕੰਮ ਕੀਤਾ ਹੁੰਦਾ ਜਿਹੜਾ ਦਿਲ ਨੂੰ ਡੁੱਬਦਾ ਅਤੇ ਉਹਨਾਂ ਨੂੰ ਸਕੂਨ ਮਿਲਦਾ ਦਿਲ ਨੂੰ, ਉਹਨਾਂ ਦਾ ਵਜਨ ਵੱਧਦਾ ਜੇਲ੍ਹ ਦੇ ਵਿੱਚ ਅਤੇ ਜੇਲ੍ਹ ਦੇ ਵਿੱਚ ਹੀ ਜਿੰਨੇ ਦੇ ਸੁੱਕੇ ਦਾ ਜਿਹੜਾ ਸੀ ਨਾ ਦਿਲ ਉਹ ਵਧੀਆ, ਉਹਨਾਂ ਦਾ ਵੀ ਵਜਨ ਵੱਧ ਗਿਆ ਸੀ। ਹਾਲਾਂਕਿ ਜੱਜ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਸ ਤਰੀਕੇ ਨਾਲ ਜਾਨ ਦੇ ਦਿਓ, ਮੈਂ ਤੁਹਾਨੂੰ ਲਾਈਫ ਤਰੀਕੇ ਵਿੱਚ ਕਰ ਲਿਆ, ਕਹਿੰਦੇ ਨਹੀਂ ਅਸੀਂ ਇਹ ਗਿਣਗਤ ਕੇ ਕੀਤਾ ਕਿਉਂਕਿ ਇਹ ਹਿਬਾ ਦੇ ਚੀਫ ਆਫ ਦਾ ਆਰਮੀ ਸਟਾਫ, ਮੈਨੂੰ ਨਹੀਂ ਪਤਾ ਮੈਂ ਆਰਮੀ ਕਿੱਥੇ ਲਾ ਰਿਹਾ, ਇਸ ਕਰਕੇ ਕੀਤਾ। ਤਾਂ ਮੇਰਾ ਮਤਲਬ ਇਹ ਆ ਕਿ ਸ਼ਹੀਦ ਊਧਮ ਸਿੰਘ ਦਾ ਜਿਹੜਾ ਕਾਰਨਾਮਾ ਨੇ ਇਹ ਢਾਡੀ ਵਾਰਾਂ ਗਾਉਂਦੇ ਆ, ਕਵੀ ਕਵਿਤਾਵਾਂ ਗਾਉਣ ਲਈਆਂ ਪਾਉਂਦੇ ਨੇ, ਹੋਰ ਸਾਰਾ ਕੁਛ ਸਾਹਿਤਕਾਰਾਂ ਨੇ ਬੜਾ ਕੁਛ ਦੇਖ ਦਿੱਤਾ ਹੈ। ਲੇਕਿਨ ਜਿਸ ਵਕਤ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੱਥੇ ਆਈਆਂ ਸਨ ਉਸ ਵੇਲੇ ਗਿਆਨੀ ਗੈਰ ਸਿੰਘ ਸਾਹਿਬ ਇੱਥੋਂ ਦੇ ਮੁੱਖ ਮੰਤਰੀ ਪੰਜਾਬ ਅਤੇ ਸਾਹਿਬ ਅੰਖੀ ਸਾਹਿਬ ਇਹਨਾਂ ਨਾਲ ਸਾਰੀ ਟੀਮ ਸਾਹਿਬ ਰਣਜੀਤ ਸਿੰਘ ਹੋਣੇ, ਸਵਾਟੀ ਸੰਤੋ ਹੋਣੇ ਔਰ ਇੱਥੋਂ ਦੇ ਡੀ ਸੀ ਸਾਹਿਬ
ਇੱਥੇ ਕਿਸੇ ਉਹਨਾਂ ਦਾ ਬੂਤ ਆਇਆ, ਇਹਨਾਂ ਨੇ ਗੋਢਾ ਦਿੱਤਾ, ਹੋਰ ਸਾਰਾ ਕੁਛ ਬੜੇ ਸ਼ਾਨ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ। ਸਾਰੇ ਪੰਜਾਬ ਦੇ ਵਿੱਚ ਉਸ ਨੂੰ ਉਹਦਾ ਸਵਾਗਤ ਹੋਇਆ ਅਤੇ ਫਿਰ ਉਹਦਾ ਸਤਿਕਾਰ ਜਿਹੜਾ ਸੀ ਉਹਦੇ ਸਲਾਮ ਦੇ ਵਿੱਚ ਅੱਗੇ ਕੀਤਾ ਬਹੁਤ ਇਸ ਢੰਗ ਦੇ ਨਾਲ। ਮੇਰਾ ਕਹਿਣ ਤੋਂ ਮਤਲਬ ਇਹ ਆ ਕਿ ਉਸ ਯੋਧੇ ਨੇ ਨਵਾਂ ਇਤਿਹਾਸ ਲਿਖ ਦਿੱਤਾ। ਔਰ ਉਸ ਤੋਂ ਬਾਅਦ ਹੋਇਆ ਕਿ ਜਿਹੜੇ ਹਿੰਦੁਸਤਾਨ ਦੇ ਵਿੱਚ ਹੋਰ ਕਮਾਂਡਰ ਸਨ, ਹੋਰ ਸੈਕਟਰੀ ਸਨ, ਜਿਹੜੇ ਸਰਵਿਸ ਕਰਕੇ ਜਾ ਚੁੱਕੇ ਸਨ, ਉਹਨਾਂ ਨੇ ਜਿਹੜੇ ਇੱਥੇ ਸਰਵਿਸ ਕਰ ਰਹੇ ਸਨ ਹਿੰਦੁਸਤਾਨ ਵਿੱਚ, ਉਹਨਾਂ ਨੇ ਵਾਇਸਰਾਏ ਨੂੰ ਔਰ ਉੱਥੇ ਬੰਦਰ ਉਹਨਾਂ ਨੇ ਚਿੱਠੀਆਂ ਲਿਖੀਆਂ ਕਿ ਇਹ ਜਿਹੜੀ ਟ੍ਰਾਂਸਫਰ ਜਿਹੜੀ ਹੈਗੀ ਆ ਇਹਨਾਂ ਨੇ ਬੰਦਰ ਲੈਣੇ ਸ਼ੁਰੂ ਕਰ ਦਿੱਤੇ ਆ ਅਤੇ ਇੱਥੋਂ ਦੀ ਜਿਹੜੀ ਪਾਵਰ ਆ ਉਹ ਹੁਣ ਹਿੰਦੁਸਤਾਨ ਨੂੰ ਟ੍ਰਾਂਸਫਰ ਕੀਤੀ ਜਾ ਰਹੀ ਹੌਲੀ ਹੌਲੀ। ਇੱਥੇ ਡਾਂਡੀ ਮਾਰਚ ਦੇ ਨਾਲ ਨਹੀਂ ਹਿੰਦੁਸਤਾਨ ਜਾ ਰਿਹਾ, ਜਾਂ ਕੋਈ ਹੋਰ ਕਿਸੇ ਪੈਦਲ ਮਾਰਚ ਕਰਨ ਦੇ ਨਾਲ ਜਿਹੜੇ ਹਿੰਦੁਸਤਾਨ ਜਾ ਰਿਹਾ। ਕਹਿੰਦੇ ਜਿਨ੍ਹਾਂ ਨੇ 21-22 ਸਾਲ ਮਾਰ ਕੇ ਬਦਲੇ ਲਏ ਅਤੇ ਜਿਹੜੇ ਫਾਂਸੀਆਂ ਦੇ ਲੱਗੇ ਅਤੇ ਹੋਰ ਸਾਰਾ ਕੁਛ ਉਹਨਾਂ ਦਾ ਕਰਕੇ ਦੇਸ਼ ਜੋ ਅਸੀਂ ਆਜ਼ਾਦ ਹੋਏ। ਸੋ ਇਸ ਕਰਕੇ ਉਸ ਮਹਾਨ ਯੋਧੇ ਨੂੰ ਅੱਜ ਆਪਾਂ ਸਾਰੇ ਜਿਹੜੇ ਸ਼ਰਧਾਂਜਲੀ ਭੇਟ ਕਰਦੇ ਹਾਂ। ਇਹਨਾਂ ਨੂੰ ਕਹਿੰਦਿਆਂ ਮੈਂ ਕਿਹਾ ਦਾ ਜਾਚਦਾ ਉਹਨਾਂ ਦੇ ਬਾਰੇ ਬਹੁਤ ਕੁਛ ਕਿਹਾ ਜਾ ਸਕਦਾ, ਸ਼ਾਮ ਤੱਕ ਲੱਗੇ ਰਹੀਏ ਉਹਨਾਂ ਨੇ ਕੋਈ ਨਾ ਕੋਈ ਗੱਲਾਂ ਕਹੀਆਂ ਜਾ ਸਕਦੀਆਂ। ਇਹਨਾਂ ਨੂੰ ਕਹਿੰਦਿਆਂ ਮੈਂ ਕਿਹਾ ਦਾ ਜਾਚਦਾ ਮੈਂ ਅੰਕੀ ਸਾਹਿਬ ਹੋਣਾ ਦਾ ਇਹਨਾਂ ਦੀ ਸਾਰੀ ਟੀਮ ਦਾ ਸਰ ਨਿਰਮਲ ਸਿੰਘ ਜੀ ਧਮਾਨ ਸੀਕੇਡੀ ਪ੍ਰੋਫੈਸਰ ਹਰੀ ਸਿੰਘ ਜੀ ਢਿੰਡੋਂ ਸਾਹਿਬ ਹਿਮਾਲਿਆ ਦੇ ਜੀ ਹੋਰ ਸਾਰੇ ਮੇਰੇ ਪ੍ਰੋਫੈਸਰ ਗ੍ਰਾਮ ਸਿੰਘ ਜੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਸਾਡੇ ਬਾਰ ਦੇ ਮੈਂਬਰ ਆਏ ਨੇ ਸਵਾਗਤ ਜੀ ਅਤੇ ਨਾਲ ਉਹਨਾਂ ਦੀ ਟੀਮ ਆਈ ਆ, ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਹੜੇ ਇਸ ਸਮਾਗਮ ਦੇ ਵਿੱਚ ਅੱਗੇ ਪਹੁੰਚੇ ਨੇ। ਇਹਨਾਂ ਨੂੰ ਕਹਿੰਦਾ ਮੈਂ ਕਹਾਂਗਾ ਜਾਚਦਾ ਇਹਨਾਂ ਬੱਚਿਆਂ ਦਾ ਵੀ ਬੜਾ ਧੰਨਵਾਦ, ਬੜੇ ਧੀਰ ਨਾਲ ਬੈਠੇ ਨੇ ਬੱਚਿਓ। ਤੁਸੀਂ ਵੀ ਸ਼ਹੀਦ ਉਧਮ ਸਿੰਘ ਦੀ ਲਾਈਫ ਜਿਹੜੀ ਹੈ ਉਹਦੀ ਜਿਹੜਾ ਜੀਵਨ ਹੈ ਉਹ ਕਦੀ ਕਦੀ ਕਿਤੇ ਵਿਚਾਰ ਲਿਆ ਕਰੋ ਜਾਂ ਉਹਨਾਂ ਦੇ ਬਾਰੇ ਕਿਤੇ ਦਫ਼ਤਰ ਸੁਣਿਆ ਕਰੋ, ਖਾਸ ਤੌਰ 'ਤੇ ਜਿਹੜੇ ਪ੍ਰਚਾਰਕ ਨਾਲ ਸਾਹਮਣੇ ਦੇਖੀ ਆ ਇਹਨਾਂ ਵਾਸਤੇ ਬਹੁਤ ਵੱਡੀ ਗੱਲ ਹੈ, ਕੋਈ ਛੋਟੀ ਗੱਲ ਨਹੀਂ ਹੈ। ਇਹਨਾਂ ਨੂੰ ਕਹਿੰਦਾ ਮੈਂ ਕਹਾਂਗਾ ਜਾਚਦਾ ਵਾਹਿਗੁਰੂ ਜੀ ਕਾ ਖਾਲਸਾ।